ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ, ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਜੀ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ, ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ, ਨਾਲ ਲੱਗੇ ਬੈੱਲ ਆਈਕਨ ਨੂੰ ਵੀ ਔਲ 'ਤੇ ਸੈੱਟ ਕਰ ਲਿਓ। ਕਿਸਾਨ ਵੀਰੋ, ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ। ਸੋ ਦੋਸਤੋ, ਅੱਜ ਆਪਾਂ ਲੈ ਕੇ ਆਏ ਹਾਂ ਜੀ ਨੀਲੀ ਰਾਵੀ ਦੀ ਇੱਕ ਹੋਰ ਬਹੁਤ ਜ਼ਿਆਦਾ ਖੂਬਸੂਰਤ ਇੱਕ ਝੋਟੀ ਹੈਗੀ ਆ ਜੀ। ਸੋ ਦੋਸਤੋ, ਸੂਈ ਹੈਗੀ ਆ ਚੰਗੇ ਰਿਕਾਰਡ ਵਾਲੀ ਆ, ਮਦਰ ਵੀ ਸਰ ਹੋਣਾ ਦੇ ਕੋਲ ਹੈਗੀ ਆ। ਸੋ ਉਹ ਵੀ ਦਿਖਾ ਦਾਂਗੇ, ਮਦਰ ਵੀ ਦਿਖਾ ਦਾਂਗੇ ਸਾਹਮਣੇ ਆਪਾਂ ਜ਼ਰੂਰ। ਉਹਨਾਂ ਦੀ ਜਿਹੜੀ ਮਦਰ ਦੀ ਉਹ ਡਿਟੇਲ ਆਪਾਂ ਪੁੱਛ ਲਵਾਂਗੇ, ਕਿੰਨੇ ਮਿਲਕ ਰਿਕਾਰਡ 'ਤੇ ਚੱਲੀ ਆ, ਕਿੰਨਾ ਦੁੱਧ ਉਸਨੇ ਦਿੱਤਾ ਹੈਗਾ। ਸੋ ਕਿਸਾਨ ਵੀਰੋ, ਚੰਗੀ ਬਰੀਡ ਲਾਈਨ ਹੈਗੀ ਆ ਪਾਕਿਸਤਾਨੀ ਰਵੇ ਦੇ ਵਿੱਚ ਦੋਸਤੋ, ਜਿਹੜੀਆਂ ਨੀਲੀ ਰਾਵੀ ਦੀਆਂ ਮੱਝਾਂ ਅਕਸਰ ਬਾਰਡਰ ਏਰੀਏ ਦੇ ਵਿੱਚ ਪਾਈਆਂ ਗਈਆਂ ਨੇ, ਉਹਨਾਂ ਦੀ ਜਿਹੜੀ ਅੱਗੇ ਬਰੀਡ ਹੈਗੀ ਆ ਤਕਰੀਬਨ ਕਈ ਜਗ੍ਹਾਵਾਂ 'ਤੇ, ਮਤਲਬ ਕਈ ਜਗ੍ਹਾ 'ਤੇ ਵੇਖਣ 'ਚ ਮਿਲਦੀ ਆ, ਤੁਰੀ ਆ ਰਹੀ ਆ। ਕਈ ਥਾਵਾਂ 'ਤੇ ਸੰਭਾਲ ਵੀ ਅੱਗੇ ਬਿਲਕੁਲ ਜਾਰੀ ਰਹੀ ਆ ਨੀਲੀ ਰਾਵੀ ਦੇ ਵਿੱਚ, ਕਾਫੀ ਜ਼ਿਆਦਾ ਕਈ ਥਾਵਾਂ 'ਤੇ ਮਤਲਬ ਵੀ ਵਰਕ ਕਰਕੇ, ਚੰਗਾ ਸੀਮਨ ਯੂਜ਼ ਕਰਕੇ ਕਈ ਅੱਗੇ ਕਾਫੀ ਜ਼ਿਆਦਾ ਮਤਲਬ ਕਿ ਸੁਧਾਰ ਕੀਤਾ ਗਿਆ ਨੀਲੀ ਰਾਵੀ ਦੇ ਵਿੱਚ। ਸੋ ਦੋਸਤੋ, ਉਹਨਾਂ ਦੇ ਵਿੱਚੋਂ ਇੱਕ ਜਿਹੜੀ ਬਰੀਡ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਨੀਲੀ ਰਾਵੀ ਦੀ, ਇਹ ਪਿਓਰ ਮੱਝ ਹੈਗੀ ਆ, ਝੋਟੀ ਹੈਗੀ ਦੋਸਤੋ, ਕਿਉਂਕਿ ਪਹਿਲਾ ਸੂਬਾ ਸੂਈ ਆ, ਨਿਸ਼ਾਨ ਵੀ ਪੂਰੇ ਨੇ। ਬਾਕੀ ਆਪਾਂ ਸਰ ਉਹਨਾਂ ਦੇ ਨਾਲ ਗੱਲਬਾਤ ਕਰ ਲਵਾਂਗੇ, ਏਰੀਆ ਵੀ ਤੁਹਾਨੂੰ ਜ਼ਰੂਰ ਦੱਸ ਦਿੰਦੇ ਹਾਂ, ਅਤੇ ਸਰ ਉਹਨਾਂ ਦਾ ਪਹਿਲਾਂ ਨਾਮ ਜ਼ਰੂਰ ਪੁੱਛ ਲੈਂਦੇ ਹਾਂ। ਸੋ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ। ਸਰ, ਇੱਕ ਆਪਣਾ ਨਾਮ ਜ਼ਰੂਰ ਦੱਸੀਏ ਜੀ। ਪਹਿਲਾਂ ਤੁਹਾਡਾ ਧੰਨਵਾਦ ਬਹੁਤ ਆਉਣ ਦਾ। ਠੀਕ ਹੈ, ਥੈਂਕ ਯੂ ਸਰ। ਆਪਣਾ ਨਾਮ ਸੁਖਰਾਜ ਸਿੰਘ। ਠੀਕ ਹੈ ਜੀ। ਸਾਡਾ ਨਾਮ ਸਰਦਾਰ ਠਾਕਰ ਸਿੰਘ, ਪਿੰਡ ਜਾਲਪੁਰਾ। ਠੀਕ ਹੈ ਜੀ। ਸੀਡ ਪੱਟੀ, ਜ਼ਿਲ੍ਹਾ ਤਰਨਤਾਰਨ। ਠੀਕ ਹੈ ਸਰ। ਸੋ ਸਰ, ਇਹ ਜਿਹੜੀ ਬਰੀਡ ਆ ਆਪਣੇ ਕੋਲ, ਤਕਰੀਬਨ ਨੀਲੀ ਰਾਵੀ ਦੀ ਬਰੀਡ ਜ਼ਿਆਦਾ ਹੈਗੀ ਹੈ ਜੀ। ਠੀਕ ਹੈ ਜੀ। ਇਸ ਦੀ ਮਦਰ ਵੀ ਆਪਣੇ ਕੋਲ ਇਸ ਟਾਈਮ ਮੌਜੂਦ ਆ ਜੀ। ਠੀਕ ਹੈ ਸਰ, ਜਿਹੜੀ ਇਹ ਆਪਣੇ ਕੋਲ ਝੋਟੀ ਆ, ਕਿੰਨੀ ਕੁ ਏਜ ਤਕਰੀਬਨ ਹੋ ਗਈ ਹੈ ਜੀ ਇਸ ਦੀ? ਇਹਦੀ ਏਜ ਤਕਰੀਬਨ ਜੀ ਨੀਲ ਬੋਰਡ 3.5-4 ਹੋ ਗਈ। ਠੀਕ ਹੈ ਸਰ। ਮੂੰਹ ਆਪਾਂ ਜੇ ਅੰਦਾਜ਼ਨ ਦੇਖੀਏ ਤਾਂ ਚੌਗੀ ਮੂੰਹ ਕਹਿ ਸਕਦੇ ਹਾਂ। ਠੀਕ ਹੈ। ਸੋ ਕਿਸਾਨ ਵੀਰੋ, ਚੌਗੀ ਮੂੰਹ ਹੈਗੀ ਆ। ਬਾਕੀ ਸਰ ਉਹਨਾਂ ਨੇ ਜਿੱਦਾਂ ਏਜ ਦੀ ਵੀ ਤੁਹਾਨੂੰ ਦੱਸ ਦਿੱਤਾ ਵੀ ਏਜ ਨੀਅਰ ਅਬਾਊਟ ਸਰ 3.5-4 ਸਾਲ ਏਜ। ਠੀਕ ਹੈ। ਸੋ ਦੋਸਤੋ, ਜਿਹੜੀ ਨੀਲੀ ਰਾਵੀ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਮਣਕੀ ਅੱਖ ਹੈਗੀ ਆ, ਬਾਰਡਰ ਲਾਈਨ ਦੀ ਜਿਹੜੀ ਮੱਝ ਆ ਬਿਲਕੁਲ ਝੋਟੀ ਮੱਝਾਂ ਦੇ ਵਿੱਚੋਂ ਦੋਸਤੋ ਇਹ ਜਿਹੜੀ ਝੋਟੀ ਆਈ ਆ ਬਿਲਕੁਲ ਮਣਕੀ ਅੱਖ ਆ। ਸਿੰਘ ਦੀ ਜਿਹੜੀ ਬਣਤਰ ਆ ਤੁਸੀਂ ਵੀਰੇ ਉਹ ਜ਼ਰੂਰ ਨੋਟ ਕਰ ਸਕਦੇ ਹੋ, ਕਿਉਂਕਿ ਬਹੁਤੇ ਵੀਰਾਂ ਨੇ ਦੂਰੋਂ ਨੇੜਿਓਂ ਚੱਲ ਕੇ ਆਉਣਾ ਹੈਗਾ। ਹਰ ਪੱਖ ਤੋਂ ਆਪਾਂ ਜਿਹੜੀ ਇਹ ਵੀਡੀਓ ਤੁਹਾਨੂੰ ਜ਼ਰੂਰ ਕਵਰ ਕਰਕੇ ਦਿਖਾ ਰਹੇ ਹਾਂ ਵੀ ਜਿਹੜੀ ਸਿੰਘ ਦੀ ਬਣਤਰ ਆ ਦੋਸਤੋ ਬਿਲਕੁਲ ਰਿੰਗ ਸਿੰਘ ਆ ਦੋਸਤੋ। ਇੱਕ ਰੁਪਈਏ ਦਾ ਵੀ ਮਤਲਬ ਕਿ ਆਪਾਂ ਕਹੀਏ ਨਾ, ਵਿੱਚੋਂ ਇੱਕ ਰੁਪਈਏ ਦਾ ਸਿੱਕਾ ਵਿੱਚੋਂ ਨਹੀਂ ਨਿਕਲ ਸਕਦਾ ਗਾ, ਬਿਲਕੁਲ ਛੋਟਾ ਸਿੰਘ ਆ। ਅੱਖ ਮਣਕੀ ਆ ਦੋਸਤੋ। ਜਿਹੜੇ ਪੈਰਾਂ 'ਤੇ ਨਿਸ਼ਾਨ ਹੈ ਉਹ ਫਰੰਟ ਤੁਸੀਂ ਵੇਖ ਸਕਦੇ ਹੋ ਦੋਸਤੋ, ਮੂਹਰਲੀਆਂ ਲੱਤਾਂ 'ਤੇ ਪਿਛਲੀਆਂ ਲੱਤਾਂ ਦਾ ਜਿਹੜਾ ਪੈਰ ਧੋਤੇ ਨੇ ਦੋਸਤੋ ਵੀਡੀਓ ਦੇ ਵਿੱਚ। ਬਾਕੀ ਆਪਾਂ ਜਦੋਂ ਤੋਰਨ ਲੱਗੇ ਉਹਦੇ ਦੌਰਾਨ ਆਪਾਂ ਜਿਹੜੀ ਥਣਾਂ ਦੀ ਬਣਤਰ ਆ ਹਵਾਨੇ ਦੀ ਆ, ਜਿਹੜੀ ਬਣਤਰ ਆ ਆਰਡਰ ਦੀ ਕੁਆਲਿਟੀ ਉਹ ਵੀ ਤੁਹਾਨੂੰ ਜ਼ਰੂਰ ਦਿਖਾਵਾਂਗੇ। ਸੋ ਸਰ ਜੀ, ਇਹ ਕਿੰਨੇ ਦਿਨਾਂ ਦੀ ਸੂਈ ਹੈ ਜੀ? ਇਹ ਤਕਰੀਬਨ 20-25 ਦਿਨ ਹੋ ਸਕਦੇ। ਠੀਕ ਹੈ ਜੀ। ਮਗਰ ਬੱਚਾ ਜਿਹੜਾ ਕਾਫ ਆ ਗਿਆ ਜੀ, ਉਹ ਕੱਟੀ ਕੱਟੀ ਫੀਮੇਲ ਹੈਗੀ ਆ, ਸਰਕਾਰੀ ਸੀਮਨ। ਸਰ, ਕੋਈ ਪਤਾ ਕਿਹੜਾ ਜੀ ਹੋਊਗਾ? ਠੀਕ ਹੈ। ਸੋ ਕਿਸਾਨ ਵੀਰੋ, ਸਰਕਾਰੀ ਸੀਮਨ ਆ ਸਰ, ਉਹਨਾਂ ਦੇ ਕੋਲ ਕੋਈ ਸਟਰੋ ਹਜੇ ਤੱਕ ਨਹੀਂ ਅਵੇਲੇਬਲ ਜਾਂ ਸਾਂਭੀ ਨਹੀਂ ਗਈ, ਪਰ ਆਪਾਂ ਜਿਹੜੀ ਕੱਟੀ ਆ ਉਹ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਕੱਟੀ ਜਿਹੜੀ ਬਹੁਤ ਵਧੀਆ ਚੰਗੀ ਸ਼ਾਨਦਾਰ ਸਰਕਾਰੀ ਸੀਮਨ ਦੇ ਵਿੱਚ ਇਹ ਆਈ ਆ। ਚਾਰੇ ਪੈਰ ਦੋਸਤੋ ਜਿਹੜੇ ਵਾਈਟ ਹਨ, ਮੈਂ ਜਿੱਥੋਂ ਤੱਕ ਦੇਖ ਰਿਹਾ ਚਾਰੇ ਪੈਰ। ਬਾਕੀ ਤੁਸੀਂ ਜਿਹੜਾ ਮਣਕੀ ਅੱਖ ਆ ਮਦਰ ਦੇ ਵਾਂਗ, ਇਸ ਦੀ ਵੀ ਅੱਖ ਬਹੁਤ ਸੋਹਣੀ ਆ, ਅਤੇ ਸਿੱਧਾ ਦੋਸਤੋ ਜਿਹੜਾ ਪਟੇ ਵਾਲਾ ਮੂੰਹ ਤੁਸੀਂ ਵੇਖ ਸਕਦੇ ਹੋ ਨੀਲੀ ਰਾਵੀ ਦੇ ਵਿੱਚ, ਚੰਗੀ ਸੋਹਣੀ ਕੱਟੀ ਹੈਗੀ ਆ। ਅਤੇ ਸਰ, ਇਹ ਵੀ ਚਾਨਣਾ ਪਾ ਦਈਏ ਵੀ ਕਿੰਨੇ ਕੁ ਟਾਈਮ ਦੀ ਸੂਈ ਹੈਗੀ ਹੈ ਜੀ? ਅੱਗੇ ਦੱਸ ਚੁੱਕਿਆ ਵਾ 20-25 ਦਿਨ ਹੋ ਗਏ। 20-25 ਦਿਨ ਦੀ ਸੂਈ ਹੈ ਸਰ। ਦੁੱਧ ਕਿੰਨਾ ਰੈਡੀ ਹੈ ਜੀ? ਦੁੱਧ ਜੀ ਇਸ ਵੇਲੇ ਨੋਰਮਲ ਖੁਰਾਕ 'ਤੇ 8-9 ਕਿਲੋ ਦੁੱਧ ਹੋਊਗਾ, ਨੋਰਮਲ ਖੁਰਾਕ। ਠੀਕ ਹੈ ਜੀ। ਸੋ ਕਿਸਾਨ ਵੀਰੋ, ਚੋਈ ਬਹੁਤ ਵਧੀਆ ਪੋਲੀ ਆ, ਤਨ ਸਾਫ ਨੇ ਬਿਲਕੁਲ ਜੀ।
ਸੋ ਕਿਸਾਨ ਵੀਰੋ 9 ਲੀਟਰ ਦੀ ਜਿਹੜੀ ਮਿਲਕ ਕਪੈਸਿਟੀ ਇਸ ਟਾਈਮ ਜਿਹੜੀ ਰੈਡੀ ਹੈਗੀ ਆ ਇਸ ਝੋਟੀ ਦੇ ਥੱਲੇ। ਬਾਕੀ ਜਿਹੜੇ ਮੇਰੇ ਵੀਰ ਆਉਣ 2 ਟਾਈਮ ਦੀ ਆਪਣੀ ਚੁਆਈ ਕਰਨੀ ਚਾਹੁਣ, 2 ਟਾਈਮ ਦੀ ਆਪਣੀ ਚੁਆਈ ਤੁਸੀਂ ਜ਼ਰੂਰ ਕਰ ਸਕਦੇ ਹੋ। ਬਿਲਕੁਲ ਸਰ, ਜਿਹੜੀ ਚੁਆਈ ਆ ਕਿੱਦਾਂ ਦੀ ਹੈਗੀ ਹੈ, ਧਾਰ ਵਗੈਰਾ ਦੀ? ਸਰ ਬਿਲਕੁਲ ਸਾਫ਼, ਮੈਂ ਦੱਸ ਚੁੱਕਿਆ, ਬਿਲਕੁਲ ਸਾਫ਼ ਆ। ਹਾਂਜੀ, ਕੋਈ ਇਹਦੇ 'ਚ ਫੁਹਾਰਾ ਨਹੀਂ ਹੈਗਾ, ਬਿਲਕੁਲ ਪੋਲੀ ਹੈ, ਬਿਲਕੁਲ ਠੀਕ ਹੈ ਜੀ, ਗਾਂ ਵਰਗੀ ਆ, ਝਪ ਗਾਂ ਵਾਂਗੂ ਚੁਆਈ। ਠੀਕ ਹੈ ਜੀ, ਠੀਕ ਹੈ। ਤੋ ਸਰ ਜਿਹੜਾ ਇੱਕ ਪ੍ਰਾਈਜ਼ ਆ, ਕਿਉਂਕਿ ਆਪਾਂ ਸੇਲ ਕਰਦੇ ਪਏ ਹਾਂ ਅਤੇ ਪ੍ਰਾਈਜ਼ ਦਾ ਆਪਾਂ ਜ਼ਿਕਰ ਕਰੀਏ, ਤਾਂ ਕੀ ਪ੍ਰਾਈਜ਼ ਹੈਗਾ ਜੀ, ਕੀ ਡਿਮਾਂਡ ਕਰ ਰਹੇ ਹਾਂ ਜੀ? ਬਾਨਵੇਂ ਹਜ਼ਾਰ ਦੀ ਡਿਮਾਂਡ ਆ ਜੀ। ਠੀਕ ਹੈ, ਮੌਕੇ 'ਤੇ ਜਿਹੜਾ ਮਤਲਬ ਛੋਟ ਮਾਨਤਾਨ ਜ਼ਰੂਰ ਹੋਣਗੇ ਜੀ। ਠੀਕ ਹੈ ਜੀ, ਬਾਕੀ ਕਿਸਾਨ ਵੀਰ 92,000 ਦੀ ਸੋਰੀ ਡਿਮਾਂਡ ਹੈਗੀ ਆ, ਅਤੇ ਮੌਕੇ 'ਤੇ ਜਿਹੜਾ ਮੇਰਾ ਵੀਰ ਚੱਲ ਕੇ ਆਉਂਦਾ ਹੈ, ਆਪਦੀ ਨਰਕ ਪਰਕ ਤੁਸੀਂ ਖੁਦ ਨੇ ਆਪ ਕਰਨੀ ਹੈ, ਚੁਬਾਈ 2 ਡੰਗ ਦੀ ਕਰ ਲਓ, 1 ਡੰਗ ਦੀ ਕਰ ਲਓ, ਤਸੱਲੀ ਤੁਸੀਂ ਜ਼ਰੂਰ ਆਪ ਨੇ ਖੁਦ ਕਰਨੀ ਆ। ਤਸੱਲੀ ਕਰਨ ਤੋਂ ਬਾਅਦ ਤੁਸੀਂ ਜਿਹੜਾ ਜਿਹੜਾ ਮੁੱਲ ਆ ਕੋਈ ਫਿਕਸ ਨਹੀਂ ਹੈਗਾ ਗਾ, ਆਪਣੇ ਹਿਸਾਬ ਨਾਲ ਤੁਸੀਂ ਲਗਾ ਸਕਦੇ ਹੋ, ਸਰ ਨੂੰ ਪੜਦੇ ਵਿੱਚ ਹੋਵੇਗਾ, ਪੁੱਗੇਗਾ ਜ਼ਰੂਰ, ਉਹ ਆਪ ਜੀ ਨਾਲ ਸੌਦਾ ਕਰ ਲੈਣਗੇ। ਸੋ ਇੱਕ ਵਾਰੀ ਆਪਾਂ ਇਸ ਜਿਹੜੀ ਝੋਟੀ ਦੀ ਮਦਰ ਆ, ਉਹ ਵੀ ਸਰ ਉਹਨਾਂ ਦੇ ਕੋਲ ਮੌਜੂਦ ਹੈ ਇਸ ਟਾਈਮ, ਉਹਦੇ 'ਤੇ ਵੀ ਆਪਾਂ ਥੋੜ੍ਹਾ ਜਿਹਾ ਕੈਮਰਾ ਮਾਰ ਕੇ ਆਪਾਂ ਉਹਦੇ 'ਤੇ ਵੀ ਤੁਹਾਨੂੰ ਚਾਨਣਾ ਪਾ ਦਿੰਦੇ, ਆਪਾਂ ਸਰ ਉਹਨਾਂ ਨੂੰ ਕਹਿੰਦੇ ਵੀ ਥੋੜ੍ਹਾ ਜਿਹਾ ਹੋਰ ਨਜ਼ਦੀਕ ਹੋ ਜਾਈਏ ਜੀ। ਠੀਕ ਹੈ ਸਰ, ਇਹ ਮਦਰ ਹੈ ਜੀ ਇਸ, ਹੈ ਨਾ, ਝੋਟੀ ਦੀ। ਠੀਕ ਹੈ ਜੀ, ਸਰ ਤਕਰੀਬਨ ਕਿੰਨਵੀਂ ਲਕਟੇਸ਼ਨ ਦੀ ਸਰ ਹੋਵੇਗੀ ਇਹ, ਸੂਣ ਜਾ ਰਹੀ ਅੱਗੇ? ਇਹ ਜੀ ਹੋ ਗਈ ਆ 4 ਸੂਏ ਤਾਂ ਮੇਰੇ ਘਰੇ ਹੋ ਗਈ ਹੈ। ਠੀਕ ਹੈ ਜੀ, 5 ਸੂਏ, ਸੋਰੀ 5 ਸੂਏ ਹੋ ਗਈ ਆ, ਬਾਕੀ ਪਹਿਲਾਂ ਕਿਤੇ ਲਿਆਂਦੀ ਸੀ। ਠੀਕ ਹੈ ਸਰ, ਅਤੇ ਉਸ ਹਿਸਾਬ ਤੁਸੀਂ ਲਾ ਲਓ ਵੀ ਪਹਿਲਾਂ ਵੀ ਸੂਏ ਦਿੱਤੇ ਹੋਣਗੇ। ਠੀਕ ਆ, 5 ਸੂਏ ਮੇਰੇ ਕੋਲ ਹੋ ਗਏ। ਹਾਂਜੀ, ਸੋ ਦੋਸਤੋ ਜਿਹੜਾ 5ਵਾਂ ਸੂਆ ਸਰ ਉਹਨਾਂ ਦੇ ਕੋਲ, ਮਤਲਬ ਕਿ ਸਰ 5ਵਾਂ ਸੂਆ ਸੂਣ ਜਾ ਰਹੀ ਨਾ ਅੱਗੇ? ਨਹੀਂ, 6ਵੇਂ ਲੱਗੀ ਹੋਈ ਹੈ, 5 ਸੂਈ ਹੈ। ਠੀਕ ਹੈ ਜੀ, 5 ਸੂਈ ਹੈ ਦੋਸਤੋ, ਅਤੇ 6ਵਾਂ ਸੂਆ ਜਿਹੜਾ ਮਤਲਬ ਕਿ ਰੈਡੀ ਹੈਗਾ ਨੈਕਸਟ ਲਕਟੇਸ਼ਨ ਲਈ, ਅਤੇ ਪਰਚੇਜ਼ ਕੀਤੀ ਪਹਿਲਾਂ ਵੀ ਸੂਏ ਦਿੱਤੇ ਹੋਏ ਆ। ਠੀਕ ਆ ਜੀ, ਸੋ ਕਿਸਾਨ ਵੀਰੋ ਜਿਹੜੀ ਪਾਕਿਸਤਾਨੀ ਬਲੱਡ ਲਾਈਨ ਦੀਆਂ ਜਿਹੜੀਆਂ ਮੱਝਾਂ ਹਨ, ਉਹਨਾਂ ਮੱਝਾਂ ਦੇ ਵਿੱਚ ਕਿਤੇ ਨਾ ਕਿਤੇ ਦੋਸਤੋ ਇਹ ਜਿਹੜੀ ਪੈਂਦੀ ਹੈ ਨੀਲੀ ਦੀ ਮੱਝ, ਆਪਾਂ ਕਹਿ ਸਕਦੇ ਹਾਂ ਇਸ ਨੂੰ। ਬਾਕੀ ਜਿਹੜਾ ਤੁਸੀਂ ਬਣਤਰ ਵਾਈਜ਼ ਵੇਖ ਸਕਦੇ ਹੋ, ਸੋਹਣੀ ਬਣਤਰ। ਸਰ ਇਸ ਦੀ ਜਿਹੜੀ ਮਿਲਕ ਕਪੈਸਿਟੀ ਕਿੰਨੀ ਹੈ ਜੀ? 16 ਕਿਲੋ। 16 ਕਿਲੋ ਦੀ ਮਿਲਕ ਕਪੈਸਿਟੀ ਹੈਗੀ ਆ। ਬਾਕੀ ਸਰ ਇਸ ਟਾਈਮ ਪਤਾ ਵੀ ਕਿਹੜੇ ਆਪਣੇ ਸਾਨ ਝੋਟੇ ਤੋਂ ਗੱਭ ਹੈਗੀ ਆ, ਵੀ ਕਿਤੋਂ ਇੰਜੈਕਸ਼ਨ AI ਕਰਵਾਈ ਹੋਈ ਆਪਾਂ ਜੀ? ਲੋਰੀ ਬੁੱਲ। ਠੀਕ ਹੈ ਜੀ, ਸੋ ਕਿਸਾਨ ਵੀਰੋ ਲੋਰੀ ਬੁੱਲ ਆਪਣਾ ਨੀਲੀ ਰਾਵੀ ਦਾ ਬੁੱਲ ਹੈਗਾ, ਉਸ ਦੀ ਜਿਹੜੀ ਇਸ ਨੂੰ ਅੱਗੇ AI ਨੈਕਸਟ ਟਾਈਮ ਕੀਤੀ ਹੈਗੀ ਆ। ਇਸ ਨੂੰ ਦਿਖਾਉਣ ਦਾ ਮਤਲਬ ਦੋਸਤੋ ਇੱਕ ਸ਼ੋਅ ਕੁਆਲਿਟੀ ਵਜੋਂ ਹੈਗਾ, ਵੀ ਇੱਕ ਸਿੰਪਲ ਆਪਾਂ ਦਿਖਾ ਰਹੇ ਹਾਂ, ਇਹ ਸੇਲ ਲਈ ਬਿਲਕੁਲ ਵੀ ਉਪਲਬਧ ਨਹੀਂ ਹੈਗੀ ਗੀ। ਸੇਲ ਲਈ ਇਸ ਦੀ ਜਿਹੜੀ ਝੋਟੀ ਹੈਗੀ ਸਰ ਉਹਨਾਂ ਦੇ ਕੋਲ, ਉਹ ਸੇਲ ਕਰਦੇ ਪਏ ਨੇ। ਮਦਰ ਦਾ ਰਿਕਾਰਡ ਚੰਗਾ ਹੈਗਾ ਦੋਸਤੋ, ਤਕਰੀਬਨ ਜਿਹੜੀ ਬੱਚੀ ਆ ਉਹ ਫਸਟ ਟਾਈਮ ਉਹ ਸੂਈ ਹੈਗੀ ਆ, ਉਹਦੇ ਨਾਲ ਤਕਰੀਬਨ ਇਸ ਦੀ ਇੱਕ ਭੈਣ ਵੀ ਹੈਗੀ ਆ, ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਸਰ, ਉਹ ਨਿਰਮਾ ਬੁੱਲ ਦੀ ਹੈ ਜੀ। ਨਿਰਮਾ ਬੁੱਲ ਦੀ ਦੋਸਤੋ ਇਹ ਜਿਹੜੀ ਬੱਚੀ ਹੈਗੀ ਸਰ ਉਹਨਾਂ ਦੇ ਕੋਲ, ਇਹ ਵੀ ਮੌਜੂਦ ਹੈਗੀ ਆ। ਸੋ ਕਿਸਾਨ ਵੀਰੋ ਚੰਗੀ ਝੋਟੀ ਆ, ਬਾਕੀ ਜਿਹੜੇ ਮੇਰੇ ਵੀਰ ਸ਼ੌਕੀਨ ਹੋਣ ਖਰੀਦਣ ਦੇ, ਉਹ ਵੀਰ ਜ਼ਰੂਰ ਸੰਪਰਕ ਕਰਨ। ਸੋ ਬਾਕੀ ਮੌਕੇ 'ਤੇ ਤੁਸੀਂ ਪਹੁੰਚ ਕੇ ਆਪਣੀ ਤਸੱਲੀ ਖੁਦ ਨੇ ਕਰਨੀ ਹੈਗੀ ਆ। ਮੌਕੇ 'ਤੇ ਪਹੁੰਚ ਕੇ ਜਿੱਡਾ ਕੁ ਸਟਰਕਚਰ ਹੈਗਾ ਬੌਡੀ ਦਾ, ਉਹ ਤੁਸੀਂ ਖੁਦ ਵੇਖ ਸਕਦੇ ਹੋ ਦੋਸਤੋ, ਬੌਡੀ ਸਟਰਕਚਰ, ਹਾਈਟ, ਲੈਂਥ ਵਾਈਜ਼ ਵੀ ਝੋਟੀ ਬਿਲਕੁਲ ਨੋਰਮਲ ਮੱਝਾਂ ਦੇ ਵਿੱਚ ਝੋਟੀਆਂ ਦੇ ਵਿੱਚ ਪੈਂਦੀ ਹੈਗੀ ਆ। ਬਾਹਲੀ ਵੱਡੀ ਬਿਲਕੁਲ ਦਰਮੇ ਛੋਟੀ ਹਾਈਟ ਨਹੀਂ ਹੈਗੀ, ਮੀਡੀਅਮ ਸਾਈਜ਼ ਦੋਸਤੋ ਜਿਹੜੀ ਹਾਈਟ ਹੈਗੀ ਆ। ਬਾਕੀ ਜਿਹੜੀ ਥਾਣਾ ਦੀ ਬਣਤਰ ਆ, ਇੱਕ ਵੀਡੀਓ 'ਚ ਵਿਖਾ ਦਿੰਦੇ, ਉਸ ਤੋਂ ਬਾਅਦ ਆਪਾਂ ਤੁਹਾਨੂੰ ਤੋੜ ਕੇ ਜ਼ਰੂਰ ਦਿਖਾਵਾਂਗੇ। ਬਿਲਕੁਲ ਚੰਗੀ ਵਿੱਥੀ ਆ ਦੋਸਤੋ, ਵੇਖ ਸਕਦੇ ਹੋ ਧੁੰਨ 'ਤੇ ਨਿਸ਼ਾਨ, ਹਵਾਨੇ 'ਤੇ ਨਿਸ਼ਾਨ ਤੁਹਾਨੂੰ ਇਸ ਝੋਟੀ ਦੇ ਵਿੱਚ ਮਿਲ ਜਾਵੇਗਾ। ਬਾਕੀ ਦੋਸਤੋ ਅਗਲੇ ਥਾਣਾਂ ਦੀ ਬਣਤਰ, ਮਗਰਲੇ ਥਾਣਾਂ ਦੀ ਬਣਤਰ ਜਿਹੜੀ ਤੁਸੀਂ ਆ ਖੁਦ ਵੇਖ ਸਕਦੇ ਹੋ, ਬਰਾਬਰ ਤਾਂ ਦੋਸਤੋ ਹਰ ਥਾਣਾਂ ਦੇ
ਬਹਾਨੇ ਦੇ ਵਿੱਚ ਜਿਹੜੀ ਹਰ ਥਾਣਾ ਦੀ ਚਾਰੇ ਥਾਣਾਂ ਦੀ ਬਰਾਬਰਤਾ ਬਿਲਕੁਲ ਇਕਸਾਰ ਹੈਗੀ ਆ। ਸੋ ਆਪਾਂ ਵੀਰ ਹੋਣਾ ਨੂੰ ਕਹਾਂਗੇ ਜ਼ਰੂਰ ਇਸ ਨੂੰ ਖੋਲ੍ਹ ਕੇ ਜ਼ਰੂਰ ਤੋਰ ਲਈਏ ਜੀ। ਇੱਧਰ ਨੂੰ ਤੋਰ ਲਾ ਵੀਰੇ, ਥੋੜ੍ਹਾ ਸਲੋ ਹੀ ਤੋਰਨਾ ਆਪਾਂ ਜੀ। ਬਾਕੀ ਕਿਸਾਨ ਵੀਰੋ ਪਿੱਠ ਪੂੜਾ ਵਜਨਦਾਰ ਬਿਲਕੁਲ ਰਾਜ਼ੀ ਹੈਗੀ ਹੈ ਸਾਰੇ ਪਾਸਿਓਂ। ਇਹ ਝੋਟੀ ਪੂਛ ਦੀ ਲੰਬਾਈ ਤੁਸੀਂ ਵੇਖ ਸਕਦੇ ਹੋ ਦੋਸਤੋ, ਚੰਗੀ ਹੈਗੀ ਆ। ਬਾਕੀ ਥਣਾਂ ਦੀ ਜਿਹੜੀ ਬਣਤਰ ਆ ਉਹ ਤੁਸੀਂ ਜ਼ਰੂਰ ਦੇਖ ਸਕਦੇ ਹੋ, ਬਿਲਕੁਲ ਆਰਡਰ ਦੀ ਕੁਆਲਿਟੀ ਬਹੁਤ ਜ਼ਿਆਦਾ ਖੂਬਸੂਰਤ ਹੈਗੀ ਆ। ਤਕਰੀਬਨ ਫਸਟ ਲੈਕਟੇਸ਼ਨ ਦੇ ਵਿੱਚ ਇਸ ਵਾਰ ਜਿਹੜੀ ਇਹ ਸੂਈ ਆ, ਸੈਕਿੰਡ ਥਰਡ ਤੱਕ ਜਾਂਦਿਆਂ ਦੋਸਤੋ ਬਹੁਤ ਵਧੀਆ ਚੰਗੇ ਮਿਲਕ ਰਿਕਾਰਡ ਵਾਲੀ ਇਹ ਝੋਟੀ ਜਿਹੜੀ ਹੋਵੇਗੀ। ਸੋ ਲੈ ਆਈਏ ਵੀਰ ਜੀ, ਲਿਓ ਜੀ। ਠੀਕ ਹੈ। ਸੋ ਕਿਸਾਨ ਵੀਰੋ ਇੱਕ ਹੋਰ ਨੋਟ ਗੱਲ ਹੈਗੀ ਹੈ ਵੀ ਜਿੰਨੀ ਵੀ ਆਰਡਰ ਦੀ ਧੱਕ ਕਹਿ ਲਈਏ ਵੀ ਪਛਾਣ ਨੂੰ ਥੋੜ੍ਹੀ ਘੱਟ ਹੈਗੀ ਹੈ, ਜਿੰਨੀ ਵੀ ਅਗਾਂਹ ਨੂੰ ਹੈਗੀ ਹੈ ਆਰਡਰ ਦੀ ਬਣਤਰ ਤੁਸੀਂ ਵੇਖ ਸਕਦੇ ਹੋ। ਬਾਕੀ 9 ਲੀਟਰ ਦੀ ਮਿਲਕ ਕਪੈਸਿਟੀ ਇਸ ਟਾਈਮ ਜਿਹੜੀ ਬਿਲਕੁਲ ਥੱਲੇ ਰੈਡੀ ਹੈਗੀ ਆ। ਸੋ ਸਰ ਇੱਕ ਵਾਰੀ ਆਪਣੇ ਮੋਬਾਈਲ ਨੰਬਰ ਕੰਟੈਕਟ ਨੰਬਰ ਬੋਲ ਕੇ ਜ਼ਰੂਰ ਦੱਸ ਦਈਏ ਜੀ। 98 153 ਜੀ 50 213। ਇੱਕ ਵਾਰੀ ਸਰ ਫਿਰ ਬੋਲ ਦਈਏ, 98 153 50 213। ਠੀਕ ਹੈ ਜੀ ਸਰ, ਵਟਸਐਪ ਇਸ ਮੋਬਾਈਲ 'ਤੇ ਚੱਲਦਾ। ਠੀਕ ਆ। ਸੋ ਕਿਸਾਨ ਵੀਰੋ ਬਿਲਕੁਲ ਸੇਮ ਨੰਬਰ ਹੈਗਾ ਵਟਸਐਪ 'ਤੇ ਤੁਸੀਂ। ਸੋ ਵੀਡੀਓ ਵੇਖਣ ਲਈ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਸੋ ਤਦ ਤੱਕ ਵੇਖਦੇ ਰਹੋ ਜੀ ਰਾਜ ਸੰਧੂ ਫਾਰਮਿੰਗ ਯੂਟਿਊਬ ਚੈਨਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ।